ਸਸਰੀਕਾਲ ਜੀ ਮੇਰੇ ਸਾਰੇ ਪੰਜਾਬੀਆਂ ਨੂੰ ਤੇ ਮੇਰੇ ਐਨ ਆਰ ਆਈ ਭਰਾਵਾਂ ਨੂੰ ਸਾਰੇ ਕਬੂਤਰਬਾਜ਼ਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਾਰਵੀ ਗੱਲ ਵੱਲੋਂ ਸਸਰੀਕਾਲ ਜੀ ਹੋਰ ਕੀ ਹਾਲ ਚਾਲ ਹੈ ਬਈ ਸਾਰੇ ਵੀਰਾਂ ਦਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਮੇਰੇ ਲੈਹਦੇ ਪੰਜਾਬ ਵਾਲੇ ਵੀ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਸਲਾਮ ਹੈ ਸੋ ਅੱਜ ਇੱਕ ਗੱਲ ਕਰਨ ਲੱਗੇ ਆ ਬਈ ਆ ਥੰਬਨੇਲ ਤੁਸੀਂ ਦੇਖ ਲਿਆ ਹੋਊਗਾ ਤੇ ਬਾਕੀ ਫੋਟੋ ਵੀ ਲਾ ਦਾਂਗੇ ਤੇ ਆਪਣੇ ਕਬੂਤਰਬਾਜ਼ੀ ਚ ਨਾ ਇੱਕ ਸ਼ੈਕਸਪੀਅਰ ਆਇਆ ਹੈ ਸਾਇੰਸਦਾਨ ਕਬੂਤਰਾਂ ਦਾ ਵੀ ਕੀ ਕਮਾਉਣ ਮੈਂ ਆਪਾਂ ਹੁਣ ਇੰਟਰਵਿਊ ਬਾਅਦ ਚ ਹੀ ਕਰਾਂਗੇ ਪਹਿਲਾਂ ਥੋੜਾ ਜਿਹਾ ਇੰਨਾ ਬਾਰੇ ਚਾਣਨਾ ਜ਼ਰੂਰ ਪਾਵਾਂਗੇ ਆਪਾਂ ਹਨਾ ਇੰਟਰਵਿਊ ਤਾਂ ਹੁੰਦੇ ਹੀ ਰਹਿਣਗੇ ਤੇ ਥੰਬਨੇਲ 'ਚ ਤੁਸੀਂ ਬੰਦਾ ਦੇਖ ਹੀ ਲਿਆ ਬਾਕੀ ਇੱਕ ਗੱਲ ਹੋਰ ਆ ਬਾਈ ਮੈਂ ਇੱਕ ਚੀਜ਼ ਦੇਖੀ ਆ ਵੀ 80% ਆਪਣੀ ਇੰਡੀਅਨ ਆ 80% ਆਪਣੇ ਇੰਡੀਆ ਨਾ ਪੰਜਾਬ ਵਾਲੇ ਭਰਾ ਉਹਨੂੰ ਦੇਖਦੇ ਆ ਉਹਨੂੰ ਫੋਲੋ ਕਰਦੇ ਆ ਠੀਕ ਆ ਤੇ ਉਹ ਵੀ ਪਤੰਦਰ ਇਹੋ ਜਿਹਾ ਵੀ ਉਹੀ ਗੱਲ ਆ ਗਈ ਵੀ ਆਪਣੇ ਵਾਲੇ ਫੁੱਦੂ ਬਣਦੇ ਆ ਤਾਂ ਹੀ ਲੋਕ ਬਣਾਉਂਦੇ ਆ ਹਨਾ ਆ ਹੁਣ ਉਹਨੇ ਇੱਕ ਵੀਡੀਓ ਪਾਈ ਸੀ ਉਹਦੇ ਚ ਇੱਕ ਗੱਲਬਾਤ ਕੀਤੀ ਸੀ ਫਰਾਂ ਵਾਲੀ ਠੀਕ ਆ ਵੀ ਆ ਫਰ ਹੋਵੇ ਤਾਂ ਕਬੂਤਰ ਉੱਚੀ ਜਾਂਦਾ ਆ ਫਰ ਹੋਵੇ ਤਾਂ ਕਬੂਤਰ ਨਹੀਂ ਮਾਰਦਾ ਠੀਕ ਆ ਤੇ ਉਹ ਫੋਟੋਆਂ ਵੀ ਆਪ ਵਿੱਚ ਮੈਂ ਲਾਉਂਗਾ ਤੇ ਹੁਣ ਮੈਂ ਕਬੂਤਰਾਂ ਦੇ ਤੁਹਾਨੂੰ ਥੋੜਾ ਜਿਆ ਸਮਝਾਉਣਾ ਦਿਖਾਉਣਾ ਆ ਦੇਖੋ ਹੁਣ ਆ ਆਪਣੀ ਕਬੂਤਰੀ ਆ ਠੀਕ ਆ ਅੱਖ ਦੇਖ ਲਓ ਖੱਟੀਆਂ ਅੱਖਾਂ ਦੀਆਂ ਕਾਲੀ ਚੀਨੀ ਆ ਠੀਕ ਆ ਬੰਦ ਮੋਚੀ ਆ ਸਾਰਾ ਆ ਜਾਂਦੀ ਹੈ ਜੇ ਨਵੀਂ ਆਈ ਜਾਂਦੀ ਆ ਦੇਖੋ ਇਹਦੇ ਪਰ ਗਲਾਈ 'ਚ ਨੇ ਠੀਕ ਆ ਗੋਲ ਆ ਤਿੱਖੇ ਵਰਨੀ ਹੈਗੇ ਚੌੜੇ ਬਾਰਾ ਹਨਾ ਹਜੇ ਬਈ ਝਾੜੇ ਚ ਸਾਰਾ ਹੀ ਜਾਂਦੀ ਆ ਚੰਗੀ ਤਰ੍ਹਾਂ ਪੱਤਰ ਸਾਫ਼ ਨਹੀਂ ਹੋਈ ਹਜੇ ਮਤਲਬ ਆਈ ਜਾਂਦੀ ਆ ਹਜੇ ਆ ਦੇਖੋ ਕਹਿੰਦਾ ਆ ਪਰ ਚੌੜੇ ਹੋਣੇ ਚਾਹੀਦੇ ਆ ਠੀਕ ਆ ਜਿਹਦੇ ਆ ਪਰ ਚੌੜੇ ਹੋਣਗੇ ਠੀਕ ਆ ਉਹ ਕਬੂਤਰ ਕਹਿੰਦਾ ਥੱਲੇ ਰਹੂਗਾ ਨੀ ਮਾਰੂਗਾ ਠੀਕ ਆ ਆ ਹੁਣ ਆਪਣੀ ਪੱਠੀ ਦੇ ਇਹਦੇ ਪਰ ਦੇਖ ਲਓ ਤੁਸੀਂ ਆਪ ਕਿੰਨੇ ਚੌੜੇ ਆ ਹਨਾ ਬਰੀਕ ਤੀਲੀ ਆ ਆ ਪਰ ਜਮਾ ਸਿੱਧੇ ਆ ਠੀਕ ਆ ਸਮਝ ਲਿਓ ਗੱਲ ਬਾਬਾ ਕਿ ਕਿੰਨਾ ਕ ਸੱਚ ਆ ਤੇ ਕਿੰਨਾ ਕ ਝੂਠਾ ਬਾਹਲਾ ਵੱਡਾ ਸਾਇੰਸਦਾਨ ਬਣਦਾ ਹੁਣ ਆ ਪਰਤਾ ਇਹਦੇ ਸਾਰੇ ਚੌੜੇ ਆ ਠੀਕ ਆ ਆ ਸਾਰੇ ਚੌੜੇ ਆ ਆ ਦੇਖੋ ਹੁਣ ਤੁਸੀਂ ਆ ਸਾਰੇ ਚੌੜੇ ਆ ਸਿੱਧੇ ਆ ਠੀਕ ਆ ਉਹ ਕਹਿੰਦਾ ਵੀ ਜਿਹਦੇ ਪਰ ਚੌੜੇ ਨੇ ਠੀਕ ਆ ਤੇ ਉਹ ਕਬੂਤਰ ਕਹਿੰਦਾ ਨੀ ਮਾ ਰਹਿੰਦਾ ਹੁੰਦਾ ਤਾਂ ਆਹ ਜਾਂਦਾ ਹੀ ਨਹੀਂ ਇਹ ਪੱਠੀ ਤਾਂ ਜਾਂਦੀ ਆ ਆਪਣੀ ਠੀਕ ਆ ਇੱਕ ਤਾਂ ਇਹ ਹੋ ਗਈ ਹੁਣ ਤੁਹਾਨੂੰ ਇੱਕ ਹੋਰ ਦਿਖਾਉਣਾ ਦੇਖੋ ਇੱਕ ਆ ਦੇਖੋ ਬਈ ਨੀਲਾ ਜੀ ਇਹ ਝਾੜ ਕੇ ਜਮਾ ਚੀਨਾ ਹੋ ਜਾਊਗਾ ਬਈ ਆ ਦੇਖੋ ਕਾਲਾ ਵੀ ਆ ਨੀਲਾ ਵੀ ਆ ਤੇ ਲਾਲ ਵੀ ਆ ਠੀਕ ਆ ਥੱਲੋਂ ਚਟਾ ਵੀ ਆ ਓਕੇ ਦੇਖ ਕੇ ਬਲੱਡ ਹੁਣ ਤੁਸੀਂ ਆਪ ਹੀ ਦੱਸਦੇ ਹੋ ਵੀ ਕਿਹੜੀ ਆ ਹਨਾ ਲੈ ਆ ਇਹਦਾ ਪੱਲਾ ਆ ਦੇਖ ਲਿਓ ਹੁਣ ਧਿਆਨ ਨਾਲ ਜਿਹੜੀਆਂ ਗੱਲਾਂ ਉਹ ਕਰਦਾ ਆ ਪੱਲਾ ਆ ਪਰ ਚੌੜੇ ਆ ਆ ਪਰ ਦੇਖੇ ਆ ਉਹਦੇ ਕਹਿਣ ਦੇ ਮੁਤਾਬਕ ਆ ਸਾਰੇ ਪਰ ਚੌੜੇ ਆ ਠੀਕ ਆ ਇਧਰਲਾ ਪੱਲਾ ਦੇਖ ਲਓ ਆ ਸਾਰੇ ਪਰ ਚੌੜੇ ਨੇ ਆ ਸਿੱਧੇ ਨੇ ਠੀਕ ਆ ਤਿੱਖੇ ਨੇ ਲਾ ਇਹ ਬੱਚਾ ਬਈ ਬੰਦ ਜਾਂਦਾ ਠੀਕ ਆ ਉਹਦੇ ਹਿਸਾਬ ਨਾਲ ਤਾਂ ਇਹ ਬੱਚਾ ਅਧਿਕਾਰ ਤੋਂ ਥੱਲੇ ਥੱਲੇ ਹੀ ਰਹਿਣਾ ਚਾਹੀਦਾ ਠੀਕ ਆ ਇਹ ਅਧਿਕਾਰ ਛੁੱਟਦਾ ਹੀ ਨਹੀਂ ਹੈਗਾ ਇਹ ਉੜਦਾ ਹੀ ਤਾਂ ਜਾ ਕੇ ਆ ਬਾਕੀ ਕਨਫਰਮ ਕਰਨਾ ਹੈ ਜਿਹੜਾ ਮਰਜੀ ਮੇਰੇ ਕੋਲੇ ਆ ਜਾਓ ਮੈਂ ਤਾਂ ਉਹ ਗੱਲ ਕਹਿਣਾ ਵੀ ਬਈ 80% ਆਪਣੇ ਪੰਜਾਬੀ ਉਹ ਬੰਦੇ ਨੂੰ ਦੇਖਦੇ ਆ ਫੋਲੋ ਕਰਦੇ ਆ ਹਨਾ ਸਬਸਕ੍ਰਾਈਬ ਕੀਤਾ ਹੋਇਆ 80% ਨੇ ਠੀਕ ਆ ਨੁਕਤੇ ਉਹਦੇ ਉਹ ਵੀ ਦੱਸਾਂਗੇ ਅੱਗੇ ਲੈ ਇੱਕ ਆ ਬੱਚਾ ਦੇਖ ਲਓ ਭਾਈ ਇਹਦੀ ਅੱਖ ਦੇਖ ਲਓ ਹੁਣ ਤੁਸੀਂ ਠੀਕ ਆ ਸਰੋਂ ਬੁੱਲੀ ਅੱਖ ਆ ਬਾਕੀ ਕਹਿੰਦੇ ਹੁੰਦੇ ਨੇ ਵੀ ਜਿਹਦੀ ਅੱਖ ਚ ਕਾਲਾ ਡੋਰਾ ਵੱਡਾ ਹੋਵੇ ਹਨਾ ਉਹ ਕਬੂਤਰ ਨੀਵੀਂ ਉੱਡਦਾ ਤੇ ਇਹਦਾ ਪੱਲਾ ਦੇਖ ਲਓ ਮਹਾਰਾਜ ਆਹ ਦੇਖ ਲਓ ਇਹਦਾ ਪੱਲਾ ਠੀਕ ਆ ਇਹ ਕੇ ਬੱਚਾ ਜੀ ਦਾ ਨੌਮਾ ਪਰ ਵੱਡਾ ਬਾਕੀ ਸਾਰੇ ਮੇਰੇ ਕੋਲੇ ਜਿੰਨੇ ਜਾਨਵਰ ਨੇ ਸਾਰਿਆਂ ਦੇ ਬਰਾਬਰ ਨੇ ਤਿੰਨੇ ਕੰਨੀਆਂ ਨੌਵੀਂ ਦਸਵੀਂ ਤਾਂ ਬਰਾਬਰ ਹੀ ਹੁੰਦੀ ਆ ਆ ਦੇਖ ਲੋ ਇਹਦੇ ਚੌੜੇ ਪਰ ਨੇ ਆ ਸਿੱਧੇ ਤਿੱਖੇ ਨੇ ਠੀਕ ਆ ਉਹਦੇ ਕਹਿਣ ਦੇ ਮੁਤਾਬਕ ਵੀ ਇਹ ਕਬੂਤਰ ਅਧਕਾਰ ਤੋਤੇ ਨਹੀਂ ਜਾਂਦਾ ਠੀਕ ਆ ਇਹ ਬੱਚਾ ਵੀ ਆਪਣਾ ਉੱਪਰ ਜਾ ਕੇ ਉੱਡਦਾ ਬਾਈ ਵੀ ਹੁਣ ਇਹਦਾ ਕੀ ਕਹੋਗੇ ਹਨਾ ਕਈ ਵਾਰੀ ਜਾਨਵਰ ਉੱਚੇ ਜਾਂਦੇ ਹੀ ਨਹੀਂ ਹੋਰ ਦੱਸੋ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਹਨਾ ਪਰ ਗੱਲ ਕਰਦਾ ਮੈਂ ਫੁੱਦੂ ਬੰਨ ਦੀ ਤੇ ਫੁੱਦੂ ਬਣਾਉਣ ਦੀ YouTube ਤੇ ਇਨਾ ਕੂੜ ਚਲਾ ਰੱਖਿਆ ਜਨਤਾ ਨੇ ਵੀ ਰਹਿ ਰੱਬ ਦਾ ਨਾ ਆਹ ਦੇਖ ਲੋ ਲੈ ਬੱਚਾ ਠੀਕ ਆ ਇਹ ਬੰਦ ਖੜਦਾ ਜਾ ਕੇ ਉੱਚੀ ਉੱਡਦਾ ਵੀ ਮਤਲਬ ਦੀਂਦਾ ਜ਼ਰੂਰ ਆ ਪਰ ਅਧਿਕਾਰ ਚ ਇਹ ਕਦੇ ਉੱਡਿਆ ਹੀ ਨਹੀਂ ਆਹ ਦੇਖ ਲੋ ਹੁਣ ਉਹਦੇ ਕਹਿਣ ਦੇ ਮੁਤਾਬਕ ਜਿਵੇਂ ਉਹ ਦੂਜਾ ਨੇ ਇੱਕ ਰੱਤਾ ਜਿਹਾ ਦਿਖਾਇਆ ਸੀ ਆ ਵਿੱਚ ਫੋਟੋ ਲਾਉਂਗਾ ਹੁਣ ਮੈਂ ਠੀਕ ਆ ਵੀ ਇਹ ਕਬੂਤਰ ਉੱਚੀ ਉੱਡੂਗਾ ਲੈ ਉਹ ਵੀ ਦਿਖਾ ਦਿੰਨਾ ਦਾ ਭਾਈ ਆ ਪੱਠੀ ਆ ਕਾਲਸਰੀ ਆ ਹਨਾ ਖਟੀਆਂ ਦੀ ਆ ਆ ਚੀਜ਼ ਆ ਦੇਖ ਲੋ ਆ ਇਹਦੇ ਪੰਜੇ ਨੇ ਜਾਮਣੀ ਮਾ ਤਿੱਖੇ ਨੇ ਠੀਕ ਆ ਆਪਣੇ ਇਧਰ ਮੰਨਣਾ ਤੇ ਕਹਿਣਾ ਸਹੀ ਗੱਲ ਆ ਜਿਹੜੀ ਵੀ ਇਹ ਤਿੱਖੇ ਪਰਾਂ ਵਾਲੇ ਤੇਜ ਉੱਡਦੇ ਨੇ ਇਹਨੂੰ ਜੇ ਆਪਾਂ ਗੋਲ ਫਰਨਾ ਲਾਵਾਂਗੇ ਹਨਾ ਤਾਂ ਬੱਚੇ ਪੱਤਰ ਨਿਕਲਣਗੇ ਤੇ ਖੜਕੇ ਉੱਡਣਗੇ ਭਾਈ ਤੇ ਬਈ ਬਾਜੀ ਜੀ ਵੀ ਉਹੀ ਚੱਲਦਾ ਹਨਾ ਜਿਹੜਾ ਖੜਕ ਕੇ ਉੱਡਦਾ ਕਿਉਂਕਿ ਜਿਹੜੇ ਇਹ ਜਿਹੇ ਹੁੰਦੇ ਨੇ ਕੈਂਚੀ ਵੀ ਤੇ ਤੇਜ਼ ਫਰ ਮਾਰੀ ਜਾਣੇ ਮਾਰੀ ਜਾਣੇ ਉਹ ਤੁਹਾਨੂੰ ਪਤਾ ਬਈ ਛੇਤੀ ਆਪਦੇ ਬੰਬ ਮਕਾ ਲੈਂਦੇ ਨੇ ਹਨਾ ਲਾ ਹੁਣ ਆ ਦੇਖ ਲੋ ਇਹਦੇ ਪੱਲੇ ਇਹ ਪੱਠੀ ਆਉਣ ਜਾਣ ਆਉਣ ਜਾਣ ਆਉਣ ਜਾਣ ਕਰਦੀ ਆ ਹਨਾ ਹੁਣ ਕੀ ਕਹੋਂਗੇ ਦੱਸੋ ਯਾਰ ਆਪਣੇ ਵਾਲੀ ਜਨਤਾ ਇਨੀ ਪਾਗਲ ਕਿਉਂ ਆ ਕਿਉਂ ਮਗਰ ਲੱਗਦੀ ਆ ਤੇ ਆ ਉਹਨਾਂ ਕ ਚਲਾਵੇ ਨਾ ਵੀ ਬਾਲਾ ਕੂੜ ਵੀ ਨਾ ਮਾਰੇ ਤੇ ਆਪਣੇ ਵਾਲੇ ਪਤੰਦਰ ਕੂੜ ਨੂੰ ਇੰਨਾ ਕ ਮੈਂ ਤਾਂ ਹੈਰਾਨ ਮੰਨਦਾ ਵੀ ਇੰਨਾ ਸਬਸਕ੍ਰਾਈਬ 80% ਆਪਣੇ ਪੰਜਾਬੀਆਂ ਨੇ ਸਬਸਕ੍ਰਾਈਬ ਕੀਤਾ ਹੋਇਆ ਜਿਹੜੀਆਂ ਗੱਲਾਂ ਉਹ ਦਾਦਾ ਵੀਡੀਓ ਪਾਈ ਜਾਂਦਾ ਰਹਿੰਦਾ ਹਨਾ ਉਹ ਸਾਲੇ ਆਪਣੇ ਮੈਨੂੰ ਲਾਦਾ ਜਾਮਦੇ ਜਵਾਕਾਂ ਨੂੰ ਵੀ ਪਤਾ ਹੋਊਗਾ ਵੀ ਕਿਵੇਂ ਕੀ ਕਰਨਾ ਹੈਨਾ ਸਾਰਾ ਉਹਨੇ ਭੈਣ ਚੋਦਾ ਸੌਰੀ ਬਾਈ ਗਾਲ ਨਿਕਲ ਗਈ ਸਾਰਾ ਤਾਂ ਉਹਨੇ ਮੈਡੀਕਲ ਭਰ ਰੱਖਿਆ ਠੀਕ ਆ ਡੇਲੀ ਨਿਤ ਨਵਾ ਭੈਣ ਚੋਦਾ ਗੋਲੀ ਦੇ ਦਿਓ ਆ ਦੇ ਦਿਓ ਆ ਦੇ ਦਿਓ ਆ ਦੇ ਦਿਓ ਠੀਕ ਆ ਡੋਜਾਂ ਉਤੋਂ ਡੋਜਾਂ ਦੇਖ ਲਓ ਬੇਨਤੀ ਆ ਬਾਈ ਬਚੋ ਇਹੋ ਜਿਹਿਆਂ ਤੋਂ ਹਨਾ ਨਾਮ ਅਗਰ ਲੱਗਿਆ ਕਰੋ ਮੇਰੇ ਭਰਾ ਬਣ ਕੇ ਕਬੂਤਰ ਭੈਣ ਜੋ ਗਵਾ ਲਓਗੇ ਠੀਕ ਆ ਉਹਦਾ ਦੱਸ ਕੇ ਨੁਕਤਾ ਪਰਾਂ ਹੋ ਜਾਂਦਾ ਵੀ ਇਹ ਵੱਲਾ ਦੇਓ ਬਾਈ ਠੀਕ ਆ ਲਾਈਏ ਵੱਲ ਜਾਨਵਰ ਨੇ ਜ਼ੋਰ ਤਾਂ ਕਿਹੜਾ ਮਾਰਨਾ ਜਿੰਨਾ ਕ ਟਾਈਮ ਲਾਉਂਦਾ ਸੀ ਉਦੋਂ ਵੀ ਘੱਟ ਲਾ ਕੇ ਕਿਸੇ ਪਾਸੇ ਡਿੱਗਿਆ ਪਿਆ ਹੁੰਦਾ ਬਾਈ ਠੀਕ ਆ ਜਾਂ ਕਬੂਤਰ ਨੂੰ ਅਟੈਕ ਆ ਜਾਂਦਾ ਠੀਕ ਆ ਕਿਉਂਕਿ ਹਾਰਟ ਬ੍ਰੇਕ ਇੰਨੀ ਕੁ ਵੱਧ ਜਾਂਦੀ ਆ ਬਾਈ ਕਬੂਤਰ ਦੀ ਕਬੂਤਰ ਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿੱਥੇ ਆ ਜਾਂ ਬਾਈ ਕਿਸੇ ਦਰਖਤ ਦੇ ਕੰਧ ਕੋਲੇ ਜਬਾਈਦਾ ਜਾਂ ਕਿਸੇ ਪਹੀ ਤੇ ਡਿੱਗਿਆ ਪਿਆ ਹੁੰਦਾ ਬਾਈ ਉੱਥੇ ਕੁੱਤਾ ਲੈ ਜਾਂਦਾ じゃ ਕਿ ਕੀ ਫਾਇਦਾ ਆਪਾਂ ਕਬੂਤਰ ਖਰਾਬ ਕਰਦੇ ਆ ਫਿਰ ਤਾਂ ਆਪਣੇ ਜਿਤੇ ਉਹਨਾਂ ਜਿਤੇ ਤਾਂ ਫਰਕ ਹੀ ਨਹੀਂ ਰਿਹਾ ਬਾਈ ਇਹਨੂੰ ਕਬੂਤਰਬਾਜੀ ਮੰਨਦੇ ਹੋ ਤੁਸੀਂ ਹਾਂ ਤੇ ਕਹਿੰਦੇ ਹੁੰਦੇ ਸੀ ਕਹਿੰਦੇ ਜੀ ਇਹ ਫੰਗਾਂ ਚ ਮੋਰੀਆਂ ਜੀਆਂ ਹੋਣ ਹਨਾ ਆ ਲੈ ਆ ਬੱਚੇ ਦੇ ਦੇਖ ਲੋ ਕਿੰਨੇ ਮੋਰ ਖਾਨਾ ਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਦਾ ਇਹ ਦਾ ਕੀ ਹੋਊਗਾ ਦੇਖ ਲੋ ਤੁਹਾਡੇ ਸਾਹਮਣੇ ਦਿਖੀ ਜਾਂਦੀਆਂ ਮੂਰੀਆਂ ਜੀਆਂ ਕਿੰਨੀਆਂ ਨੇ ਬਾੜਾ ਚੰਗਾ ਹੁੰਦਾ ਜੇ ਚੰਗਾ ਹੁੰਦਾ ਬੋਹ ਚੰਗਾ ਹੁੰਦਾ ਸੋ ਬਈ ਇਹ ਜੇ ਕੂੜਾ ਤੋਂ ਬਚਿਆ ਕਰੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਮੇਰੇ ਵੀਰ ਠੀਕ ਆ ਆਪਾਂ ਵਧੀਆ ਤੋਂ ਵਧੀਆ ਵੀਡੀਓ ਤੇ ਆ ਜਿੰਨੇ ਕ ਯੂਟਿਊਬਰ ਹੁਣ ਹੈਗੇ ਨੇ ਨਾ 2-4 ਜੇ ਯੂਟਿਊਬਰ ਜਿਹੜਿਆਂ ਨੇ ਗੰਤ ਪਾਇਆ ਹੋਇਆ ਆਪਣੇ ਵਾਲੇ ਆਪਣੇ ਵਾਲੇ ਪੰਜਾਬੀਆਂ ਨੂੰ ਖੁੱਦੂ ਬਣਾਇਆ ਹੋਇਆ ਬਈ ਸਾਰਿਆਂ ਦੇ ਪੱੜ ਤੇ ਪਾੜਾਂਗੇ ਠੀਕ ਆ ਹਾਂ ਸਭ ਦੇ ਪੱੜ ਤੇ ਪਾੜਾਂਗੇ ਸੋ ਇੰਨੀਆਂ ਕੇ ਬੇਨਤੀਆਂ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਠੀਕ ਆ ਸਾਰੇ ਯਾਰ ਮਿੱਤਰਾਂ